ਖੇਡਦਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਲਾ ਸਾਹਮਣੇ ਨਵੀਨ ਕਬੱਡੀ ਪਾਉਂਦਾ ਆ ਇਧਰ ਕਹਿੰਦੇ ਅਰਜਨ ਵਰਗੇ ਕੁਲਦੀਪ ਨੇ ਟ੍ਰਾਈ ਕੀਤੀ ਹੈ ਪਰ ਜਿਹੜਾ ਅੰਕ ਧਾਵੀ ਦੇ ਖਾਤੇ ਉੜ ਗਿਆ ਮਾਈਕ ਤੇ ਬਿੱਲਾ ਮਹਿਮੇ ਵਾਲਾ ਗੱਲ ਕਰੋ ਚੱਲ ਵੀ ਪਾ ਵੀ ਅਗਲੀ ਕਬੱਡੀ ਨੂੰ ਇਧਰਲੇ ਪਾਸੇ ਰੋਡੇ ਪਿੰਡ ਹੈ ਧਾਵੀ ਦਾ ਲੋ ਮੈਦਾਨ ਦੇ ਵਿੱਚ ਵੇਖਾਂਗੇ ਵੀ ਵੱਧ ਹੈ ਉਧਰਲੇ ਪਾਸੇ ਚਾਰ ਜਾਫੀ ਹੈ ਕਿ ਕਿਤਾਬ ਤਾਂ ਹਰ ਕੋਈ ਦੇ ਦਿੰਦਾ ਪਰ ਪੜ੍ਹਨਾ ਔਖਾ ਹੈ ਕਿ ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਚੜ੍ਹਨਾ ਔਖਾ ਹੈ ਕਿ ਧਰਤੀ ਨੂੰ ਜੋ ਭੁੱਲ ਜੇ ਅਸਮਾਨ ਵਿੱਚ ਟਿਕਦਾਰੀ ਚਿਰ ਬਾਲਾ ਕਿ ਨਾਮ ਜੱਗ ਤੇ ਬਣਾਉਣਾ ਨਹੀਂ ਸਿਖਾਲਾ ਕਿ ਨਾਮ ਜੱਗ ਤੇ ਬਣਾਉਣਾ ਨਹੀਂ ਸਿਖਾਲਾ ਨੰਬਰ ਜਿਹੜਾ ਕਾਮਨ ਹੈ ਚੱਲ ਵੀ ਪਾ ਵੀ ਅਗਲੀ ਕਬੱਡੀ ਲੋ ਮੁੰਡਾ ਕਿਸ਼ਨ ਭੁਈਆ ਕਬੱਡੀ ਪਾਉਣ ਲਈ ਵੱਧ ਹੈ ਉਧਰ ਦਾਤੇ ਵਾਲੇ ਭੀਰੀ ਬੰਬਲਾ ਬਹੁਤ ਬਹੁਤ ਧੰਨਵਾਦ ਹੈ ਨਾਲ ਸੇਬੀ ਸਾਰੇ ਵੀਰਾਂ ਦਾ ਬਿੱਲਾ ਗਲਬ ਨਾਲ ਸਾਡਾ ਵੀਰ ਪ੍ਰਧਾਨ ਕੋਟਾ ਮਦੋਗੇ ਇਹਨਾਂ ਸਾਰੇ ਵੀਰਾਂ ਧੰਨਵਾਦ ਕਰਾਂਗੇ ਜਸਵੀਰ ਮੈਣਾ ਜੀ ਇਧਰਲੇ ਪਾਸੇ ਜਾਫੀ ਮੈਦਾਨ ਦੇ ਵਿੱਚ ਲਾ ਕੇ ਤਕੜਾ ਜਾਫਾ ਆਪਦੀ ਟੀਮ ਨੇ ਨੰਬਰ ਦਾ ਵਾਧਾ ਕਰ ਗਿਆ ਕਬੱਡੀ ਪਾਉਣ ਲਈ ਜੱਗਾ ਮਨਸੂਰ ਵਾਲੀ ਆ ਮੈਦਾਨ ਦੇ ਵਿੱਚ ਵਾਧਾ ਹੈ ਉਧਰਲੇ ਪਾਸੇ ਚਾਰ ਜਾਫੀ ਹੈ ਕਿਸ਼ਨਪੁਰੇ ਦੀ ਟੀਮ ਦੇ ਹੁਣ ਚਾਰਾਂ ਜਾਫੀਆਂ ਦੇ ਵਿੱਚ ਵੇਖਾਂਗੇ ਮੈਦਾਨ ਦੇ ਵਿੱਚ ਕਿਹੜਾ ਵੱਧ ਕੇ ਟਰਾਈ ਕਰਦਾ ਹੈ ਕਿਹੜਾ ਲਾਉਂਦਾ ਤਕੜਾ ਜਾਫਾ ਦੇ ਪਰ ਨੰਬਰ ਜਿਹੜਾ ਵੇਖਾਂਗੇ ਵੀ ਧਾਵੀ ਦਾ ਵੱਡੀ ਕਿਸ਼ਨਪੁਰੀਏ ਦੀ ਤੇ ਮੈਕ ਤੇ ਅਰਸ਼ ਹੈਲੋ ਉਹ ਸਾਡੇ ਪੱਪੂ ਜੀ ਕਿਰਪਾ ਜੀ ਉਹਨਾਂ ਨੇ ਬੇਨਤੀ ਕਿ ਲੰਗਰ ਦੇ ਵਿੱਚ ਪਹੁੰਚੋ ਜੀ ਕਹਿੰਦੇ ਕੋਈ ਲੰਗਰ ਹੀ ਨਹੀਂ ਖਾ ਰਿਹਾ ਤੁਹਾਡੇ ਤੋਂ ਬਿਨਾਂ ਸੇਵਾ ਜੀ ਲੰਗਰ ਦੇ ਵਿੱਚ ਕਰੋ ਬੇਨਤੀ ਹੈ ਜੀ ਕਿਰਪਾ ਜੀ ਪੱਪੂ ਜੀ ਜੱਗੀ ਲਾ ਖੇਡ ਗਰਾਊਂਡ ਵਿੱਚ ਨਰਿਨ ਕਿਸ਼ਨਪੁਰੇ ਵਾਲਾ ਕਬੱਡੀ ਪਾਉਂਦਾ ਅਰਜਨ ਦਾ ਕਹਿੰਦੇ ਪਿੰਡ ਗਗੜਾ ਵੀ ਕਹਿੰਦੇ ਬਲਕਾਰੇ ਭਲਵਾਨ ਦਾ ਚੇਲਾ ਏ ਖੇਡ ਗਰਾਊਂਡ ਦੇ ਵਿੱਚ ਤੋੜੇ ਅੰਬਰਾਂ ਨੂੰ ਚੜੂ ਪੈਣੇ ਧਰਤੀ ਨੂੰ ਧੱਕੇ ਜਿਹਦੀ ਯਾਰੀ ਕੌਡੀ ਨਾਲ ਉਹਦੇ ਵੱਲ ਕਿਹੜਾ ਧੱਕੇ ਨਾਲ ਆਪਾਂ ਅਮਰੀਕ ਦਾ ਸੁੱਖੇ ਦਾ ਤੇ ਰਾਜ ਦਾ ਧੰਨਵਾਦ ਕਰਦੇ ਹਾਂ ਖੇਡ ਗਰਾਊਂਡ ਦੇ ਵਿੱਚ ਇਹ ਵੀ ਸਾਡੇ ਅਗਲੀ ਆਵਾਜ਼ ਖੇਡ ਗਰਾਊਂਡ ਨੂੰ ਮਾਈਕ ਤੇ ਸਾਂਝ ਪਾਉਣਗੇ ਸਾਡੇ ਵੀਰ ਆ ਲਾ ਦੇਖੋ ਸਾਹਮਣੇ ਨਰਿਨ ਕਬੱਡੀ ਪਾਉਂਦਾ ਹੈ ਖੇਡ ਮੈਦਾਨ ਵਿੱਚ ਇੱਧਰ ਕਹਿੰਦੇ ਕਿਸ਼ਨਪੁਰਾ ਪਿੰਡ ਇਹ ਟੀਮ ਕਹਿੰਦੇ ਤਹਿਸੀਲ ਧਰਮਕੋਟ ਦਾ ਪਿੰਡ ਆ ਬੱਡੂਵਾਲ ਦੇ ਲਾਗੇ ਪਿੰਡ ਆਉਂਦਾ ਅੱਠਵਾਂ ਯੂਕੇ ਗੋਲਡ ਕਬੱਡੀ ਕੱਪ ਕਹਿੰਦੇ ਇਸ ਵੇਲੇ ਕਰਵਾਇਆ ਗਿਆ ਕਿਸ਼ਨਪੁਰ ਦਾ ਗੋਲਡ ਕਬੱਡੀ ਕੱਪ ਬੜਾ ਪ੍ਰਸਿੱਧ ਹੈ ਲੈ ਵੀ ਮਾਈਕ ਤੇ ਯਾਰ ਬਿੱਲਾ ਚੱਲ ਵੀ ਕੱਪ ਆ ਵੀ ਅਗਲੀ ਕਬੱਡੀ ਲੋ ਇਧਰਲੇ ਪਾਸੇ ਵੇਖਾਂਗੇ ਵੀ ਰੋਡਿਆਂ ਵਾਲਾ ਇਧਰਲੇ ਪਾਸੇ ਕਿਸ਼ਨਪੁਰੇ ਦੀ ਵੇਖਾਂਗੇ ਵੀ ਸਟਾਪ ਲਾਈਨ ਹੈ ਇਹ ਆ ਸੀਰਾ ਕਬੱਡੀ ਪਾਉਂਦਾ ਆ ਖੇਡ ਗਰਾਊਂਡ ਵਿੱਚ ਲਓ ਸੀਰੇ ਦੀ ਕਬੱਡੀ ਹੈ ਤੇ ਅੱਜ ਪਿੱਥੋ ਵਾਲਾ ਵੀ ਅਰਸ਼ ਪੁੱਜਿਆ ਵਾ 57 ਮੋਟਰਸਾਈਕਲਾਂ ਦਾ ਜੇਤੂ ਜਾਫੀ ਇੱਕ ਅਲਟੋ ਕਾਰ ਦਾ ਜੇਤੂ ਵੀ ਪੁੱਜਿਆ ਤੇ ਉਧਰ ਘੱਲਾਂ ਵਾਲਾ ਮੰਗਲ ਵੀ ਕਹਿੰਦੇ ਅੱਜ ਵਿਸ਼ੇਸ਼ ਤੌਰ ਤੇ ਆਪਦੀ ਟੀਮ ਲੈ ਕੇ ਪੁੱਜੇਗਾ ਬਹੁਤ ਬਹੁਤ ਧੰਨਵਾਦ ਹੈ ਔਰ ਬੇਨਤੀ ਜੀ ਜਿਹੜੇ ਓਪਨ ਦੇ ਸੈੱਟ ਪਹੁੰਚੇ ਆ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਐਂਟਰੀਆਂ ਆਪਣੀਆਂ ਛੋਟੀ ਸਟੇਜ ਤੇ ਜਮ੍ਹਾਂ ਕਰਵਾ ਸਕਦੇ ਨੇ ਔਰ 15-20 ਮਿੰਟ ਦੇ ਵਿੱਚ ਮੈਚ ਸ਼ੁਰੂ ਕਰਵਾ ਦੇਣੇ ਜੀ ਔਰ ਬੇਨਤੀ ਜੀ ਛੋਟੀ ਸਟੇਜ ਤੇ ਆ ਸਾਡੇ ਰਾਜੂ ਜੀ ਔਰ ਮੁਖਤਿਆਰ ਬਾਈ ਜੀ ਇਹਨਾਂ ਨੇ ਰੋਟੀ ਖਾਣੀ ਜੀ ਇਹਨਾਂ ਨੂੰ ਰੋਟੀ ਖਵਾ ਦਿਓ ਜੀ ਉਧਰ ਸਾਡੀ ਬੇਨਤੀ ਹੈ ਵਾਰ ਵਾਰ ਅਸੀਂ ਬੇਨਤੀਆਂ ਕਰ ਰਹੇ ਹਾਂ ਵੀਰੇ ਜੇ ਕੋਈ ਟੀਮ ਐਂਟਰ ਹੋਣ ਲੋ ਬਾਕੀ ਆ ਕਬੱਡੀ ਓਪਨ ਦੀ ਤਾਂ ਟੀਮ ਜਲਦੀ ਐਂਟਰ ਹੋ ਸਕਦੀ ਹੈ ਕਬੱਡੀ ਓਪਨ ਦੁਰਗਾਰੇ ਸਟਾਰ ਪੁੱਜਣੇ ਨੇਕੀ ਬੁਟਰਾ ਵਾਲਾ ਵੀ ਕਹਿੰਦੇ ਆਪਦੀ ਟੀਮ ਲੈ ਕੇ ਪੁੱਜੇਗਾ ਮੰਗਲ ਵਰਗੇ ਪੁੱਜਰੇ ਨੇ ਪਿੱਥੋ ਵਾਲਾ ਸੀਰਾ ਉੱਥੇ ਰੱਜੀ ਵਰਗੇ ਜੰਟੇ ਵਰਗੇ ਚੈਣੇ ਵਰਗੇ ਗਗੜੇ ਪਿੰਡ ਦੇ ਕਹਿੰਦੇ ਬਿੱਲੇ ਵਰਗੇ ਦੇ ਨਾ ਮੈਦਾਨਾਂ ਦੇ ਵਿੱਚ ਖੇਡਦੇ ਨਜ਼ਰੀ ਆਉਣਗੇ ਜਿੱਥੇ ਤਲਵੰਡੀ ਵਾਲੇ ਗਗੜੇ ਵਰਗੇ ਰਮਣੇ ਵਰਗੇ ਉੱਥੇ ਕਹਿੰਦੇ ਜੀਰੇ ਦੀ ਸਟਾਫ ਲਾਈ ਰਿਵਾਜ ਇਹਨਾਂ ਮੈਦਾਨਾਂ ਦੇ ਵਿੱਚ ਖੇਡਦੀ ਨਜ਼ਰੀ ਆਵੇਗੀ ਇਧਰਲੇ ਪਾਸੇ ਪਾਈ ਆ ਕਬੱਡੀ ਉਧਰਲੇ ਪਾਸੇ ਜਾਫੀ ਲੋ ਮੈਦਾਨ ਦੇ ਵਿੱਚ ਵੇਖਾਂਗੇ ਵੀ ਕਰਦਾ ਟਰਾਈ ਰੋਡਿਆਂ ਵਾਲਾ ਵੇਖਾਂਗੇ ਵੀ ਲੱਗਿਆ ਪਿਆ ਜ਼ੋਰ ਤੇ ਨੰਬਰ ਜਿਹੜਾ ਵੇਖਾਂਗੇ ਵੀ ਧਾਵੀ ਦਾ ਪੁਆਇੰਟ ਜਿਹੜਾ ਕਿਸ਼ਨਪੁਰੇ ਦੀ ਟੀਮ ਦਾ ਚੱਲ ਵੀ ਪਾ ਵੀ ਅਗਲੀ ਕਬੱਡੀ ਤੇ ਮੈਕ ਤੇ ਅਰਸ਼ ਰਣ ਜਿੱਤਣ ਨੂੰ ਸੂਰਮਾ ਹਮੇਸ਼ਾ ਰਹੇ ਤਿਆਰ ਉਹਦੀ ਜਿੱਤ ਹਮੇਸ਼ਾ ਮਿੱਤਰ ਜਿਹੜਾ ਪਹਿਲਾਂ ਕਰ ਗਿਆ ਵਾਰ ਇਹ ਕੌਣ ਆ ਸਿਰ ਦਾ ਕਹਿੰਦੇ ਪਿੰਡ ਰੋਡੇ ਆ ਇਹ ਪਿੰਡ ਕਹਿੰਦੇ ਡੇਮਰੂ ਦੇ ਲਾਗੇ ਨੱਥੂ ਵਾਲੇ ਗੜਬੀ ਦੇ ਲਾਗੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇੱਕ ਪਾਸੇ ਕੌਣ ਆ ਮੁੰਡਾ ਕਿਸ਼ਨਪੁਰੇ ਵਾਲਾ ਸ਼ੈਂਟੀ ਦਾ ਪਿੰਡੂ ਜੱਫਾ ਲਾ ਪਈਆਂ ਨਹੀਂ ਐਨ ਬੱਲੇ ਬੱਲੇ ਖੇਡ ਗਰਾਊਂਡ ਦੇ ਵਿੱਚ ਜਿਹੜਾ ਅੰਕ ਆ ਨਾ ਉਹ ਧਾਵੀ ਦੇ ਖਾਤੇ ਉੜ ਗਿਆ ਸੇਬੀ ਭੀਰੀ ਪਿੰਦਰ ਸਭ ਦਾ ਵੱਡਾ ਸਤਿਕਾਰ ਆ ਜਸਵੀਰ ਮਹਿਣੇ ਵਾਲਾ ਕੋਟਾ ਮੱਧੋ ਕਹਿੰਦਾ ਇਕਬਾਲ ਮੱਧੋ ਕਹਿੰਦਾ ਯਾਲ ਤੇਰੀ ਸਟੇਜ ਆ ਨਾ ਵੱਡੇ ਪ੍ਰਬੰਧ ਆ ਬਿੱਲਾ ਗਲਬ ਸਭ ਦਾ ਵੱਡਾ ਧੰਨਵਾਦ ਮਾਈਕ ਤੇ ਕਾਕੂ ਔਰ ਸਾਡੇ ਹਰੀਦਾਸ ਜੀ ਬਿਜਲੀ ਵਾਲੇ ਪੰਜਾਬ ਰਾਜ ਬਿਜਲੀ ਬੋਰਡ ਉਹਨਾਂ ਵੱਲੋਂ ਬਹੁਤ ਵੱਡਾ ਯੋਗਦਾਨ ਹੈ ਜੀ ਇਸ ਟੂਰਨਾਮੈਂਟ ਦੇ ਵਿੱਚ ਸਾਡੇ ਹਰੀਦਾਸ ਜੀ ਬਿਜਲੀ ਬੋਰਡ ਵਾਲੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ
इधर मैच समाप्त आ जिहड़ी टीम जीती है जी गलोटी ना खेडूगी जी इस मैच रोडे ते गलोटी जी इस मैच चो रोडे जित गई है भाई नाल कहंदे बापू लखवीर सिंह जी लखा पाऊ उन्हां दा मुंडा साडा वीर रिकी कालड़ा जी ओ भी खेड ग्राउंड नाल जुड़ गए है आपां सत्कार करांगे और बेनती जी रोडे वाली टीम ने जिहड़ी टीम जीती है कि 10 मिनट वास्ते तुहानू रेस्ट है जी रोडियां दे अंक ने 16 ए टीम 16 अंक प्राप्त करके जित गई है ते विरोधी टीम दे अंक ने 4.5 रोडियां दे 7 जफे ए बड़े मान रहनगे रोडियां दे टीम नू उधर रिक्की कालड़ा जी दा आपां इत्थे बुद्ध ने धन्नवाद करांगे आउंदे साल अर्शू मरियाणा जी दा 32 इंची एलईडी दे नाल कहिंदे बड़ा मान कीता जावेगा बहुत बहुत धन्नवाद रिक्की कालड़ा जी दा हां जी मुंदरी भी बोलदे करो जी मुंदरी दा चेता ना भुलिया करो ਅੱਜ ਮੰਤਰੀ ਦੇ ਨਾਲ ਵੀ ਕਹਿੰਦੇ ਮਾਨ ਕੀਤੇ ਜਾਣੇ ਨੇ ਟੋਨੀ ਸ਼ਰਮਾ ਜੀ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਕਬੱਡੀ ਦੇ ਬੁਲਾਰੇ ਦਾ ਉੱਥੇ ਸੁੱਖੇ ਕੜਿਆਲ ਦੇ ਵੀ ਕਹਿੰਦੇ ਪਿਛਲੇ ਦਿਨੀ ਲੰਡੇ ਕਹਿੰਦੀ ਖੇਡ ਮੇਲੇ ਦੇ ਉੱਤੇ ਗੋਲਡ ਮੈਡਲ ਤੇ ਨਾਲ ਏਸੀ ਦੇ ਨਾਲ ਇੱਕੋ ਦਿਨ ਕਹਿੰਦੇ ਦੋ ਮਾਣ ਹੋਇਆ ਬਹੁਤ ਬਹੁਤ ਧੰਨਵਾਦ ਕਰਾਂਗੇ ਲੰਡੇ ਕਹਿਣ ਵਾਲੇ ਸੱਜਣਾਂ ਦਾ ਜਿਨ੍ਹਾਂ ਨੇ ਸੁੱਖੇ ਕੜਿਆਲ ਜੀ ਨੂੰ ਇੰਨਾ ਮਾਣ ਬਖਸ਼ਿਆ ਸੁੱਖਾ ਕੜਿਆਲ ਜੀ ਉਹ ਵੀ ਪੰਜਾਬ ਦੇ ਕਹਿੰਦੇ ਵਧੀਆ ਬੁਲਾਰੇ ਆ ਟੌਪਰ ਬੁਲਾਰਾਂ ਦੇ ਵਿੱਚ ਨਾਮ ਹੈ ਉਹ ਵੀ ਆਪਣੇ ਨਾਲ ਮੈਚ ਦੇ ਸਾਂਝ ਪਾਉਣ ਕੇ ਨਾਲ ਅਮਰੀਕ ਖੋਸਾਕੋਟ ਦਾ ਰਾਜ ਮੇਹਰ ਸਿੰਘ ਵਾਲਾ ਸਾਰੇ ਵੀਰਾਂ ਧੰਨਵਾਦ ਆ ਅਮਰੀਕ ਨੂੰ ਕਹਿੰਦੇ ਮੇਜਰ ਭਲੋਰ ਵੱਲੋਂ ਜਿਹੜਾ ਬੁਲਟ ਆ ਨਾ ਉਹ ਵੀ 6 ਤਰੀਕ ਖੋਸੇਕੋਟਲੇ ਦੇ ਕਬੱਡੀ ਕੱਪ ਤੇ ਤਕਸੀਮ ਕੀਤਾ ਗਿਆ ਹੈ ਮੁਬਾਰਕਬਾਦ ਹੋਊਗੀ ਅਮਰੀਕ ਸਾਡਾ ਵੀਰ ਕਿਉਂਕਿ ਬੁਲਟ ਦੇ ਵੱਡੇ ਮਾਣ ਹੋਏ ਹੈ ਔਰ ਧੰਨਵਾਦ ਜੀ ਇੱਕ ਵਾਰ ਫਿਰ ਤੋਂ ਆ ਸਰਦਾਰ ਗੁਰਪ੍ਰੀਤ ਸਿੰਘ ਜੀ ਪੰਜਾਬ ਪੁਲਿਸ ਔਰ ਸੰਦੀਪ ਜੀ ਪੰਜਾਬ ਪੁਲਿਸ ਤੋਂ ਸਾਡੇ ਵੀਰ ਪਹੁੰਚੇ ਧੰਨਵਾਦ ਜੀ ਔਰ ਬੇਨਤੀ ਹੈ ਜੀ ਵੱਡੀ ਸਟੇਜ ਤੇ ਮੇਰੇ ਵੀਰ ਬੈਠਣ ਜੀ ਔਰ ਸਾਡੇ ਗੁਰਮੀਤ ਖਾਲਸਾ ਜੀ ਸਾਡੇ ਲਾਡੀ ਜੀ ਔਰ ਸਾਡੇ ਵਿਨੋਦ ਮਲਹੋਤਰਾ ਜੀ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹੈ ਔਰ ਬੇਨਤੀ ਜੀ ਸਾਡੇ ਟਰੈਕਟਰ ਬਾਰੇ ਵੀਰ ਨੂੰ ਜਿੰਨੇ ਬਾਰੇ ਗਰਾਊਂਡ ਦੇ ਵਿੱਚ ਪਾਣੀ ਛਿੜਕਦੇ ਆ ਜੀ ਨਾਲ ਸਰਦਾਰ ਅਵਤਾਰ ਸਿੰਘ ਜੀ ਤਾਰੇ ਮਨਾਵੇ ਵਾਲੇ ਕਬੱਡੀ ਕੋਚ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੈ ਅਸੀਂ ਇਹ ਕਹਾਂਗੇ ਜਿਹੜਾ ਅਮਨ ਸੰਧੂ ਆ ਨਾ ਤੇ ਕਾਲਾ ਤਾਰੀ ਵਾਲਾ ਉਹ ਪ੍ਰਕਾਸ਼ ਇਹਨਾਂ ਦੇ ਚੇਲੇ ਹੈ ਕਿਉਂਕਿ ਚੰਨਣਾ ਪੈਂਦਾ ਪਲੇਅਰਾਂ ਨੂੰ ਫਿਰ ਪਲੇਅਰ ਬਣਿਆ ਜਾਂਦਾ ਹੈ ਰਾਜਮੇਰ ਸਿੰਘ ਵਾਲਾ ਇਹਨੂੰ ਕਈ ਬੁਲਟ ਫਰਿੱਜਾਂ ਤੇ ਕਹਿੰਦੇ ਵਾਸ਼ਿੰਗ ਮਸ਼ੀਨਾਂ ਦੇ ਮਾਣ ਹੋਏ ਹੈ ਬੀਰੀ ਨੂੰ ਵੀ ਕਹਿੰਦੇ 4 ਮੋਟਰਸਾਈਕਲ ਮਿਲੇ ਹੈ ਇਹ ਵੀ ਮਾਣ ਰਹਿਣਗੇ ਇੱਧਰ ਕਹਿੰਦੇ ਰੰਡਿਆਲੇ ਵਾਲਾ ਭਿੰਦਰ ਤਾਰੀ ਤੇ ਕਾਲਾ ਇਹ ਵੀ ਚੇਲੇ ਕਿਹਦੇ ਹੈ ਇਹ ਮਾਣ ਕਹਿੰਦੇ ਅਵਤਾਰ ਸਿੰਘ ਤਾਰੀ ਮਨਾਵੇ ਵਾਲੇ ਸਰਪੰਚ ਇਹਨਾਂ ਨੂੰ ਜਾਂਦਾ ਹੈ ਇਹ ਵੱਡੇ ਮਾਣ ਸਨਮਾਨ ਨੇ ਲੈ ਵੀ ਜਿਹੜੀਆਂ ਟੀਮਾਂ ਨਾਲ ਕਾਕੂ ਇੱਕ ਵਾਰੀ ਅਨਾਊਂਸ ਕਰ ਦਿਓ ਅੱਜ ਜਿਹੜੇ ਮਾਣ ਆ ਸੋਨੂੰ ਪ੍ਰਧਾਨ ਦੇ ਮੰਨਾ ਮਰੂੜ ਯੱਗੂ USA ਪਿੰਦਰ ਕੈਨੇਡਾ ਜਦੋਂ ਕਹਿੰਦੇ ਇੰਡੀਆ ਆਉਂਦੇ ਆ ਨਾ ਇੱਕ ਜਿਹੜੀ ਗੱਡੀ ਫਰੈਂਡ ਕਬੱਡੀ ਕਲੱਬ ਦੇ ਮਗਰ ਰਹਿੰਦੀ ਹੈ 500,000 ਹਰੇ ਕਬੱਡੀ ਦੇ ਜਿਹੜੇ ਮਾਣ ਦਿੱਤੇ ਜਾਂਦੇ ਹੈ ਨਾਲ ਆਪਾਂ ਧੰਨਵਾਦ ਕਰਦੇ ਮੰਨਾ ਮਰੂੜ ਯੱਗੂ USA ਪਿੰਦਰ ਕੈਨੇਡਾ ਬਿੱਟੂ ਠੇਕੇਦਾਰ ਰਾਣਾ ਠੇਕੇਦਾਰ ਔਰ ਬੇਨਤੀ ਜੀ ਜਿਹੜੀਆਂ ਓਪਨ ਦੀਆਂ ਟੀਮਾਂ ਪਹੁੰਚੀਆਂ ਉਹਨਾਂ ਨੂੰ ਬੇਨਤੀ ਕਿ ਸਾਡੇ ਕੋਲ ਪਹੁੰਚ ਜਾਣ ਔਰ 5-10 ਮਿੰਟਾਂ ਦੇ ਵਿੱਚ ਅਸੀਂ ਟਾਈਆਂ ਕੱਢ ਦੇਣਗੇ ਜੀ ਉਧਰ ਕਬੱਡੀ ਓਪਨ ਦੀਆਂ ਟਾਈਆਂ ਕੱਢਣ ਜਾ ਰਹੇ ਆ ਸਿਰਾ ਪਿੱਥੋਂ ਦਾ ਵਿਸ਼ੇਸ਼ ਤੌਰ ਤੇ ਪੁੱਜਿਆ ਪਲੇਅਰਾਂ ਖੇਡ ਗਰਾਊਂਡ ਦੇ ਵਿੱਚ ਮਾਨਵ ਟੋਨੀਰਾਂ ਦੇ ਸੱਦੇ ਆ ਵੱਡਾ ਪਿਆਰ ਆ ਪਲੇਅਰਾਂ ਦੇ ਨਾਲ ਰਿੱਕੀ ਕਾਲੜਾ ਜੀ ਪ੍ਰਕਾਸ਼ ਪ੍ਰਧਾਨ ਵੀ ਇਹ ਵੱਡੇ ਮਾਣ ਰਹਿਣਗੇ ਇਸ ਸ਼ਹਿਰ ਨੂੰ ਮੇਰੀ ਬੇਨਤੀ ਜਿਹੜੀਆਂ ਟਾਈਆਂ ਨਾ ਮੁਖਤਿਆਰ ਸਿਆਂ ਇਹ ਜਲਦੀ ਨਾ ਕੱਢਦੀਆਂ ਜਾਣ ਕਿਉਂਕਿ ਤਾਂ ਖਾਲੀ ਗਰਾਊਂਡ ਆ ਨਾ ਇਹ ਸੋਭਾ ਨਹੀਂ ਦਿੰਦਾ ਰਾਜੂ ਜੀ ਸਾਡੇ ਵੀਰ ਆ ਹੈਪੀ ਜੀ ਲਵੇ ਜੀ ਆਪਾਂ ਸਭ ਦਾ ਸਤਿਕਾਰ ਕਰਦੇ ਹਾਂ ਨਾਲ ਇੰਨੇ ਵੀ ਸਾਡੇ ਵੀਰ ਮਣੀ ਨੇ ਪਹਿਲਾਂ ਜਿਹੜੀ ਸੇਵਾ ਕੀਤੀ ਹੈ ਕਮੈਂਟਰੀ ਦੀ ਆਪਾਂ ਧੰਨਵਾਦ ਕਰਦੇ ਹਾਂ ਨਾਲ ਅਸੀਂ ਗੋਰਾ ਸਾਡਾ ਵੀਰ ਉਹਦਾ ਵੀ ਸਤਿਕਾਰ ਆ ਖੇਡ ਗਰਾਊਂਡ ਦੇ ਨਾਲ ਇੱਥੇ ਮਨੋਈ ਬਾਈ ਸਾਗਰੂ ਜੀ ਉਹ ਵੀ ਜੁੜਦੇ ਆ ਰਹੇ ਹੈ ਆਪਾਂ ਸਭ ਦਾ ਵੱਡਾ ਧੰਨਵਾਦ ਕਰਦੇ ਹਾਂ ਬਾਬਾ ਹੁਣ ਵਧੀਆ ਪੂਰੀ ਵਧੀਆ
इधर साडा भाई अवतार फास्ट वे न्यूज उन्हां दा भी माइक तो सत्कार करांगे। ट्रिपल एक्स एंटरटेनमेंट ग्रुप नाल साउंड सर्विस आपां उन्हां दा भी धन्नवाद करदे हैं। तारी कंडियाल जी, सरदार शिंदा सिंह जी, बिजली बोर्ड बब्बी भलवान जी, राजू साडा वीर, मुख्तियार साडा वीर, नाल सोनू प्रधान, काकू साडा वीर, सब दा वड्डा सत्कार आ। ਲੈ ਵੀ ਖਾਲਸਾ ਜਿਹੜਾ ਫੂਡ ਹੈ ਨਾ ਆਪਾਂ ਸਲੋ ਲੋਕ ਇਹ 'ਚ ਪਾ ਲਓ ਅਤੇ ਜਮਾਂ ਸਲੋ ਲੈ ਕੇ ਜਾਣਾ, ਕਿਉਂਕਿ ਜਿਹੜਾ ਪਾਣੀ ਦਾ ਛਿੜਕਾ ਨਾ ਇਹ ਵਾਰ ਵਾਰ ਨਹੀਂ ਕੀਤਾ ਜਾਣਾ, ਕਿਉਂਕਿ ਹੁਣ ਓਪਨ ਦੇ ਪਲੇਅਰ ਆਉਣੇ ਹੈ, ਵੱਡੇ ਮਾਣ ਇਹਨਾਂ ਪਲੇਅਰਾਂ ਦੇ ਹੋਣਗੇ ਅਤੇ ਸਲੋ ਮੋਸ਼ਨ ਦੇ ਵਿੱਚ ਜਿਹੜਾ ਪਾਣੀ ਦਾ ਛਿੜਕਾ ਤੁਸੀਂ ਕਰਨਾ ਹੈ, ਕਿਉਂਕਿ ਵਾਰ ਵਾਰ ਜਿਹੜੀ ਜ਼ਰੂਰਤ ਹੈ ਨਾ ਉਹ ਨਾ ਪਵੇ। ਲੈ ਵੀ ਪ੍ਰਕਾਸ਼ ਨੂੰ ਬੇਨਤੀ ਕਰਾਂਗੇ ਜੇ ਕੋਈ ਸਨਮਾਨ ਜਿਨ ਦੇਣੇ ਹੈ ਨਾ, ਜਿਹੜੇ 10 ਵੀ ਸਨਮਾਨ ਆ ਇਹ ਨਿਕਲਦੇ ਆ ਤਾਂ ਆਪਾਂ ਕੱਢ ਲਈਏ, ਕਿਉਂਕਿ ਜਿਹੜਾ ਹੁਣ ਗਰਾਊਂਡ ਆ ਖਾਲੀ ਆ। ਬਾਅਦ ਵਿੱਚ ਟੀਮਾਂ ਤਰਤੀਬਵਾਰ ਤਰਤੀਬ ਆਉਣਗੀਆਂ, ਜਦੋਂ ਪਲੇਅਰ ਗਰਾਊਂਡ ਵਿੱਚ ਨਹੀਂ ਨਾ ਆਉਂਦੇ ਉਦੋਂ ਆ ਲੋਕ ਜੋ ਜੁੜਦੇ ਆ ਨਾ ਗਰਾਊਂਡ ਨਾਲ ਇਹ ਗਾਲਾਂ ਕੱਢਦੇ ਆ। ਮੇਰੀ ਬੇਨਤੀ, ਪਲੇਅਰ ਵੀ ਸਮੇਂ ਅਨੁਸਾਰ ਖੇਡ ਗਰਾਊਂਡ ਦੇ ਵਿੱਚ ਆਉਣਗੇ। ਆਪਾਂ ਧੰਨਵਾਦ ਕਰਾਂਗੇ ਰਿੱਕੀ ਕਾਲੜਾ ਜੀ, ਸਾਡੇ ਮਾਨਵ ਟੋਨੀ ਜੀ, ਪ੍ਰਕਾਸ਼ ਪ੍ਰਧਾਨ ਜੀ, ਲੱਖਾ ਭਾਊ ਜੀ, ਗਗਨ ਰਾਜਪੂਤ ਸਾਡਾ ਵੀਰ, ਸਭ ਦਾ ਵੱਡਾ ਸਤਿਕਾਰ ਹੈ। ਹੈਲੋ, ਔਰ ਸਾਡੇ ਜਿੰਨੀਆਂ ਵੀ ਓਪਨ ਦੇ ਕਲੱਬ ਪਹੁੰਚੇ ਹੈ, ਔਰ ਸਾਡੇ ਤਰਲੋਚਨ ਮਨਾਵਾ ਜੀ ਆੜਤੀਆ ਸਾਹਿਬ ਉਹ ਵੀ ਪਹੁੰਚੇ ਹੈ, ਉਹਨਾਂ ਨੂੰ ਵੀ ਜੀ ਆਖਦੇ ਹਾਂ। ਸਾਡੇ ਤਰਲੋਚਨ ਜੀ ਆੜਤੀਆ ਸਾਹਿਬ ਉਹਨਾਂ ਦਾ ਵੀ ਬਹੁਤ ਧੰਨਵਾਦ ਜੀ। ਔਰ ਦੁਬਾਰਾ ਸਾਡਾ ਵੀਰ ਯਸ, ਮੇਰਾ ਕਲਾਸਮੇਟ ਵੀ ਪੁੱਜੇ, ਆਪਾਂ ਸਤਿਕਾਰ ਕਰਾਂਗੇ ਆਪਣੇ ਮਿੱਤਰਾਂ ਦੇ ਨਾਲ। ਲੈ ਵੀ ਕਾਕੂ ਕੈਰੀ ਆਨ। ਔਰ ਸਾਡੇ ਨੇਤਾ ਜੀ ਉਹ ਵੀ ਪਹੁੰਚੇ, ਧੰਨਵਾਦ ਜੀ। ਸਾਡੇ ਰੂਬੀ ਸ਼ਰਮਾ ਜੀ ਉਹ ਵੀ ਪਹੁੰਚੇ, ਉਹਨਾਂ ਦਾ ਵੀ ਧੰਨਵਾਦ ਰੱਖਦੇ ਹਾਂ। ਔਰ ਸਾਡੇ ਰੂਬੀ ਜੀ, ਔਰ ਓਪਨ ਦੀਆਂ ਜੋ ਟੀਮਾਂ ਸਾਡੇ ਕੋਲ ਪਹੁੰਚੀਆਂ ਜੀ, ਉਹਨਾਂ ਦੀਆਂ ਅਸੀਂ ਟਾਈਆਂ ਕੱਢਣ ਲੱਗੇ ਹਾਂ। ਔਰ ਜੇ ਉਸ ਤੋਂ ਬਾਅਦ ਨਾਲ ਦੀਆਂ ਟੀਮਾਂ ਆਈਆਂ ਉਹਨਾਂ ਨੂੰ ਅਸੀਂ ਐਂਟਰ ਕਰੀ ਜਾਵਾਂਗੇ। ਇੱਕ ਵਾਰੀ 10 ਮੈਚ ਅਸੀਂ ਕਰਵਾ ਰਹੇ ਜੀ, 10 ਟੀਮਾਂ ਦੀਆਂ ਟਾਈਆਂ ਕੱਢ ਰਹੇ ਹਾਂ ਓਪਨ ਦੀਆਂ। ਉਸ ਤੋਂ ਬਾਅਦ ਜਿਹੜੀਆਂ ਟੀਮਾਂ ਆਉਣਗੀਆਂ ਨਾਲ ਦੀ ਨਾਲ ਐਂਟਰ ਕਰੀ ਜਾਵਾਂਗੇ। ਔਰ ਜਿਹੜੇ ਓਪਨ ਦੇ ਖਿਡਾਰੀ ਪਹੁੰਚੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇੱਕ ਇੱਕ ਖਿਡਾਰੀ ਪਹੁੰਚ ਜਾਵੇ। ਔਰ ਪਹਿਲੇ ਰਾਊਂਡ ਦੀਆਂ ਅਸੀਂ ਟਾਈਆਂ ਕੱਢਣ ਲੱਗੇ ਹਾਂ ਜੀ। ਔਰ ਓਪਨ ਦਾ ਪਹਿਲਾ ਮੈਚ ਜਿੰਨਾ ਬਾਈ ਜੀਨਾ ਕਲੱਬ ਜਗਰਾਓ ਤੇ ਵਰਸਸ ਗੋਲੇਵਾਲਾ ਜੀ, ਓਪਨ ਦਾ ਪਹਿਲਾ ਮੈਚ, ਪਹਿਲਾ ਮੈਚ ਕਿਹਦਾ ਖੇਡਿਆ ਜਾਵੇਗਾ? ਗੋਲੇਵਾਲਾ ਵਰਸਸ ਬਾਈ ਜਿੰਨਾ ਕਲੱਬ ਜਗਰਾਓ, ਜਗਰਾਓ ਦੀਨਾ ਕਲੱਬ ਜਗਰਾਓ ਆ ਨਾ ਜੀ, ਜਿੰਨਾ ਜੀਨਾ ਕਲੱਬ ਜਗਰਾਓ, ਜਗਰਾਓ ਤੇ ਗੋਲੇਵਾਲੇ ਦਾ ਪਹਿਲਾ ਮੈਚ ਖੇਡਿਆ ਜਾਵੇਗਾ ਕਬੱਡੀ ਓਪਨ ਦਾ। ਵੀਰੇ ਬੇਨਤੀ ਆ ਟੀਮਾਂ ਨੂੰ, ਗਰਾਊਂਡਾਂ ਵੱਲ ਨੂੰ ਹਾਜ਼ਰ ਟੀਮਾਂ ਵੀਰੇ, ਗੋਲੇਵਾਲਾ ਵਰਸਸ ਜਗਰਾਓ ਦੀਆਂ ਟੀਮਾਂ, ਜੀਨਾ ਕਲੱਬ ਜਗਰਾਓ ਦੀਆਂ ਟੀਮਾਂ ਨੂੰ ਬੇਨਤੀ ਆ ਵੀਰੇ, ਉਹਨਾਂ ਦਾ ਮੈਚ ਗੋਲੇਵਾਲੇ ਦੇ ਨਾਲ ਹੈ ਤੇ ਟੀਮਾਂ ਤਿਆਰੀ ਕਰਕੇ ਗਰਾਊਂਡਾਂ ਵੱਲ ਨੂੰ ਹਾਜ਼ਰ।
दूजा मैच कड़ियाल वर्सज श्री गुरु हर राय क्लब डगरू श्री गुरु हर राय क्लब डगरू कड़ियाल ते श्री गुरु हर राय क्लब डगरू दा मटवाणी ते कोकरी कला मटवाणी ते कोकरी दा तीजा मैच गगड़ा ते निदा वाला गगड़ा ते निदा वाले दा चौथा मैच खेडा जावेगा गगड़ा ए है जी गगड़ा ए ते निदा वाला पहले मैच लई जीना क्लब जगराऊं ते बेनती है मेरे गोले वाला दिया टीमां नूं ग्राउंडां वल नूं आ जाणा और रज्जी वाला ते करिया रज्जी वाला ते करिया पंजवां मैच खेडा जावेगा हां जी दसा टीमां दीआं वीरे असीं टाइयां कढ़ियां ते बेनती है टीमां नूं टीमां ग्राउंडां वल नूं आ जाणा और जिन्नियां वी ओपन दीआं होर टीमां पहुंचीआं उहनां नूं बेनती करांगे कि आपां अपणीआं एंट्री फीसां स्टेज ते जमा करवा दिओ जी जिन्नियां वी होर ओपन दीआं टीमां पहुंचीआं अवतार प्रेस रिपोर्टर जी वह विशेष तौर पर पुजे आप धन्यवाद करते हैं लै भी पहला मैच काकू अनाउंस कर जीना क्लब जगराऊं ते मेरे गोले वाला इन्हां दोने टीमां नूं बेनती है भी गोले वाला ते जीना क्लब जगराऊं नूं बेनती है जगराऊं की टीम लगता भी सीपे वर्गन की टीम आ मेरे ग्राउंडां वल आ जाना तो उधर गोले वाले की टीम नूं बेनती है भी वह भी ग्राउंडां वल आ जाना साडे वीर प्रकाश राजपुर प्रधान जी उन्हां दा बहुत बहुत धन्यवाद है समुची प्रबंधक कमेटी के प्रधान ने नाल साडे वीर टोनी कालड़ा जी गगन वर्गे वीर नाल मुख्तियार वर्गे नाल सारे वीरां दे राजू हैप्पी वर्गे वीरां दे बहुत बहुत धन्यवाद जिन्हां दे सद्दे ते अज दुर्गा दे स्टार पुजने ने उधर यारां दा यार तरसेम भी पुजेगा मुख्तियार उन्हां दे नाल भरावां तों वध के प्यार रंडियाले वाले दा प्रकाश राजपूत दे नाल यारियां ने उन्हां दे सद्दे ते कहिंदे अज दुर्गा दे स्टार इन्हां मैदानां दे विच खेडणगे ਪਿੱਥੋਂ ਵਾਲਾ ਸੀਰਾ ਗਗੜੇ ਪਿੰਡ ਦੇ ਕਹਿੰਦੇ ਬਿੱਲੇ ਵਰਗੇ ਏਕਮ ਪਿੰਡ ਦੇ ਠੂਰ ਵਰਗੇ ਦੁਨੀਆਂ ਦੇ ਸਟਾਰ ਇਹਨਾਂ ਮੈਦਾਨਾਂ ਵਿੱਚ ਭਿੜਨਗੇ ਗੋਲੇ ਵਾਲਾ ਤੇ ਜਗਰਾਓ ਮੇਰੇ ਗਰਾਊਂਡਾਂ ਵੱਲ ਨੂੰ ਆ ਜਾਣ ਮੇਰੇ ਬੇਨਤੀ ਆ ਔਰ ਬੇਨਤੀ ਜੀ ਸਾਡੇ ਕਲੱਬ ਦੀਆਂ ਜਿਹੜੀਆਂ ਟੀਮਾਂ ਪਹੁੰਚੀਆਂ ਉਹਨਾਂ ਨੂੰ ਬੇਨਤੀ ਕਿ ਜਿਹੜੀਆਂ ਪਹਿਲੀਆਂ ਟੀਮਾਂ ਪਹਿਲੇ ਰਾਊਂਡ ਦੇ ਵਿੱਚ ਹਾਰਨਗੀਆਂ ਉਹਨਾਂ ਨੂੰ ਕਿਰਾਇਆ ਨਹੀਂ ਦਿੱਤਾ ਜਾਊਗਾ ਜੀ ਔਰ ਜਿਹੜੀਆਂ ਟੀਮਾਂ ਦੂਜੇ ਰਾਊਂਡ ਦੇ ਵਿੱਚ ਹਾਰਨਗੀਆਂ ਓਪਨ ਦੀਆਂ ਉਹਨਾਂ ਟੀਮਾਂ ਨੂੰ ਕਿਰਾਇਆ ਕਲੱਬ ਦੇ ਵੱਲੋਂ ਦਿੱਤਾ ਜਾਏਗਾ ਜੀ ठीक है जी जिहड़ियां टीमां पहला राउंड हारनगियां तो उन्हां नूं मेरे किराया नहीं दिता जाएगा तो इस तों बाद जिहड़ियां दूजा राउंड जां तीजा राउंड भी हारदियां उन्हां टीमां नूं किराया दिता जाएगा यानी कि 40-45 किलोमीटर दूर वाली टीम जी ठीक है जी बहुत बहुत धन्यवाद सारी प्रबंधक कमेटी का सारे दानी सज्जना सारे NRA वीरां का सारे शहरी सहयोगी सज्जना का जिन्हां ने वड्डा उद्यम किया जिन्हां ने वड्डे यतन सदका यह खेड मेला करवाया जा रहा स्टार गोले वाला ते टीम दीना क्लब के नाम से एंटर हुई है जगराऊं की यह टीम पहले मैच लई बिना किसी इंतजार खेड ग्राउंड के आए हैं गोले वाला जिला फरीदकोट ते तहसील जगराऊं जिला लुधियाना और श्री गुरु हर राय क्लब डगरू और 62 किलो जेड़ा हुण मैच है जी सैमीफाइनल रोडे ते कलोटी दो मिनट तक वह भी टीम ग्राउंड के पहुंचे उस तो बाद ओपन के मैच भी आप शुरू करने हैं रोडे ते कलोटी जी 62 किलो की टीम जिन्हों का सैमीफाइनल मैच है और इंदगढ़ फाइनल के पहुंच चुकी है सेवा देश की जिंदड़ी है बड़ी औखी गल्लां करनियां टेर सुखलियां ने जिन्हां देश की सेवा विच पैर पाया ते उन्हां लख मुसीबत चलियां ने लख मुसीबत चलियां ने रोडे ते गलोटी दीआं टीमां नूं साडी बेनती है सैमीफाइनल मैच दीआं टीमां जिहड़ियां खेड ग्राउंड दे वल आ जाण इन्हां टीमां नूं साडी बेनती है रोडे ते गलोटी दीआं टीमां बिना किसे देरी खेड ग्राउंड दे वल आ जाण कबड्डी 62 किलो भार का सैमीफाइनल मैच खेडिया जाना है उधर आप पिछे कली वाले वीर साड़ी बेनती है हाँ जी बिंदर भाई जी कली वाले आ जाओ जी लैवी काकू लैवी कली वाले भाई दोनों कली एक बार पा दे चार चारे पासे ग्राउंड दे मेरी बेनती दीना क्लब जगराऊं ते टीम खेड मैदान
ਵਿਰੋਧੀ ਗੋਲੀਵਾਲ ਦੀ। ਪਹਿਲਾ ਮੈਚ ਆ, ਦੋਵਾਂ ਟੀਮਾਂ ਨੂੰ 5 ਮਿੰਟ ਦਾ ਟਾਈਮ ਦਿੰਦੇ ਆ, 5 ਮਿੰਟਾਂ ਬਾਅਦ ਕੋਈ ਇੰਤਜ਼ਾਰ ਨਹੀਂ ਕੀਤਾ ਜਾਣਾ। ਹੱਥ ਬਣ ਕੇ ਬੇਨਤੀ ਵੀ ਟੀਮਾਂ ਕੱਟਣ ਨੂੰ ਜੀ ਨਹੀਂ ਕਰਦਾ, ਟੀਮਾਂ ਸਮੇਂ ਸਿਰ ਆਉਣੀਆਂ ਜ਼ਰੂਰੀ ਆ। ਹੱਥ ਬਣ ਕੇ ਬੇਨਤੀ ਆ ਗੋਲੀਵਾਲਾ ਤੇ ਦੀਨਾ ਕਲੱਬ ਟੀਮ ਜਗਰਾਓ ਦੀ। ਇਹ ਟੀਮ ਪਹਿਲੇ ਮੈਚ ਲਈ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਵੇ। ਉੱਧਰ ਕਾਲਾ ਰੰਡਿਆਲਾ ਜੀ ਬੱਬੀ ਭਲਵਾਨ ਦੀ, ਉਹ ਵੀ ਗਰਾਊਂਡ ਦੀ ਜਿਹੜੀ ਕਲੀ ਦੀ ਸੇਵਾ ਨਾ ਬੱਬੀ, ਇਹ ਤਰੀਕੇ ਨਾਲ ਕਰਾ ਲਓ, ਕਿਉਂਕਿ ਜਿਹੜੇ ਫੈਸਲੇ ਉਹ ਵੀ ਟੱਲ ਹੋਣੇ ਹੈ, ਰੈਫਰੀ ਬੜੇ ਸੁਲਝੇ ਹੋਏ ਆ। ਆਪਾਂ ਧੰਨਵਾਦ ਕਰਦੇ ਹਾਂ ਜਗਰਾਓ ਦੀਨਾ ਕਲੱਬ ਤੇ ਟੀਮ ਖੇਡ ਮੈਦਾਨ ਵਿੱਚ ਗੋਲੀਵਾਲੇ ਦੀ। ਲੈ ਵੀ ਟੈਪੀ ਵਾਲਿਆ ਸ਼ੇਡ ਕਹਾਣੀ, ਨਾਲ ਹੀ ਰੋਡੇ ਤੇ ਗਲੋਟੀ ਦੀ ਟੀਮ ਕਬੱਡੀ 62 ਕਿਲੋ ਭਾਰ ਦਾ ਸੈਮੀ ਫਾਈਨਲ ਮੈਚ ਖੇਡਿਆ ਜਾਣਾ। ਇਹ ਟੀਮ ਨੂੰ ਵੀ ਸਾਡੀ ਬੇਨਤੀ ਹੈ ਕਿ ਦੋਨੇ ਟੀਮਾਂ ਜਿਹੜੀਆਂ ਬਿਨਾਂ ਕਿਸੇ ਦੇਰੀ ਖੇਡ ਗਰਾਊਂਡ ਦੇ ਵੱਲ ਆ ਜਾਣ। ਨਾਲ ਹੀ ਉੱਧਰ ਕਹਿੰਦੇ ਨਾਲ ਅਸੀਂ ਬੱਬੂ ਰਾਜਪੂਤ ਸਾਡਾ ਵੀਰ ਆਪਣੇ ਮਿੱਤਰਾਂ ਨਾਲ ਪੁੱਜਿਆ, ਉਹਦਾ ਵੀ ਧੰਨਵਾਦ ਕਰਦੇ ਹਾਂ। ਬੱਬੂ ਰਾਜਪੂਤ ਸਾਡਾ ਯਾਰ ਵਿਸ਼ੇਸ਼ ਤੌਰ ਤੇ ਖੇਡ ਗਰਾਊਂਡ ਨਾਲ ਜੁੜ ਗਿਆ। ਖੇਡ ਗਰਾਊਂਡ ਵਿੱਚ ਜਗਰਾਓ ਤੇ ਟੀਮ ਜਲਦੀ ਨਾਲ ਗੋਲੀਆਂ ਦੀ ਆ ਜਾਵੇ। ਲੈ ਵੀ ਕੈਰੀ ਆਨ, ਨਾਲ ਹੀ ਕਬੱਡੀ 62 ਕਿਲੋ ਭਾਰ ਦਾ ਸੈਮੀ ਫਾਈਨਲ ਮੈਚ ਰੋਡੇ ਤੇ ਗਲੋਟੀ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ। ਇਹਨਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਕਿ ਟੀਮਾਂ ਜਿਹੜੀਆਂ ਬਿਨਾਂ ਕਿਸੇ ਦੇਰੀ ਖੇਡ ਗਰਾਊਂਡ ਦੇ ਵੱਲ ਆ ਜਾਣ। ਨਾਲ ਹੀ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਉੱਧਰ ਜਿੰਨੀਆਂ ਵੀ ਸ਼ਖਸੀਅਤਾਂ ਸਟੇਜ ਤੇ ਬਿਰਾਜਮਾਨ, ਆਪਾਂ ਸਾਰੇ ਵੀਰਾਂ ਦਾ ਵੱਡਾ ਜਿਹੜਾ ਧੰਨਵਾਦ ਕਰਾਂਗੇ, ਜੀ ਆਇਆਂ ਨੂੰ ਆਖਾਂਗੇ। ਔਰ ਬੇਨਤੀ ਹੈ ਜੀ ਸਾਡੇ ਕਾਲੀ ਚਰਨ ਨੂੰ ਕਿ ਛੋਟੀ ਸਟੇਜ ਤੇ ਲੰਗਰ ਲੈ ਕੇ ਆਵੇ ਬਾਈ। ਹਾਂ, ਸਾਡੇ ਕਾਲੀ ਜੀ ਉਹਨਾਂ ਨੂੰ ਬੇਨਤੀ ਹੈ ਜੀ ਕਿ ਛੋਟੀ ਸਟੇਜ ਤੇ ਲੰਗਰ ਲੈ ਕੇ ਪਹੁੰਚਣ ਜੀ। ਨਾਲ ਹੀ ਕਹਿੰਦੇ 5-6 ਤੇ 7-8-9 ਤਰੀਕ ਹੋਣੀ ਹੈ, ਕਹਿੰਦੇ ਚੋਟੀਆਂ ਕਲਾਂ ਕ੍ਰਿਕਟ ਦੇ ਟੂਰਨਾਮੈਂਟ ਦੇ ਕ੍ਰਿਕਟ ਦੇ ਖਿਡਾਰੀਆਂ ਨੂੰ ਖੁੱਲ੍ਹੇ ਸੱਦੇ ਹੈ। ਨਾਲ ਹੀ ਕਹਿੰਦੇ ਸੋਨੂੰ ਪ੍ਰਧਾਨ ਦਾ ਵੀ ਅੱਜ ਕਹਿੰਦੇ ਬੋਲਟ ਮੋਟਰਸਾਈਕਲ ਦੇ ਨਾਲ ਵੱਡੇ ਮਾਣ ਸਨਮਾਨ ਹੋਣੇ ਹੈ। NRI ਵੀਰਾਂ ਦੇ ਕਹਿੰਦੇ ਸਹਿਯੋਗ ਦੇ ਨਾਲ ਅੱਜ ਸੋਨੂੰ ਪ੍ਰਧਾਨ ਦੇ ਕਹਿੰਦੇ ਬੋਲਟ ਮੋਟਰਸਾਈਕਲ ਦੇ ਨਾਲ ਵੱਡੇ ਮਾਣ ਸਨਮਾਨ ਹੋਣੇ ਹੈ। ਅੱਜ ਕਹਿੰਦੇ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਵਾਲੇ ਸਾਰੇ ਵੀਰਾਂ ਨੂੰ ਲੱਖ ਲੱਖ ਮੁਬਾਰਕਬਾਦ ਹੈ। ਤੀਜਾ ਪੇਂਡੂ ਖੇਡ ਮੇਲਾ ਅੱਜ ਆਪਾਂ ਤੱਕ ਰਹੇ ਇਸ ਧਰਤੀ ਤੇ, ਕਹਿੰਦੇ ਜਿਹਦਾ ਅੱਜ ਦੂਸਰਾ ਦਿਨ ਹੈ। ਉੱਧਰ ਜਿੰਨੀਆਂ ਵੀ ਮਾਣ ਦੇ ਯੋਗ ਸ਼ਖਸੀਅਤਾਂ ਸਟੇਜ ਤੇ ਬਿਰਾਜਮਾਨ, ਆਪਾਂ ਸਾਰੇ ਵੀਰਾਂ ਨੂੰ ਜੀ ਆਇਆਂ ਨੂੰ ਆਖਾਂਗੇ, ਮੋਸਟ ਵੈਲਕਮ ਕਰਾਂਗੇ। ਨਾਲ ਹੀ ਜਿਨ੍ਹਾਂ ਵੀਰਾਂ ਨੇ ਆਪਣੀ ਦਸਾਂ ਨਹੁੰ ਦੀ ਕਿਰਤ ਕਮਾਈ ਦੇ ਵਿੱਚੋਂ ਅੱਜ ਦੀਆਂ ਖੇਡਾਂ ਦੇ ਲਈ ਵੱਡੇ ਸਹਿਯੋਗ ਭੇਜੇ ਆ, ਆਪਾਂ ਸਾਰੇ ਵੀਰਾਂ ਦਾ ਜਿਹੜਾ ਗਹਿ ਗਾਢਵਾਂ ਧੰਨਵਾਦ ਕਰਾਂਗੇ ਸਮੁੱਚੇ ਕਲੱਬ ਦੀ ਤਰਫੋਂ। ਨਾਲ ਹੀ ਟੀਮਾਂ ਜਿਹੜੀਆਂ ਕਬੱਡੀ 62 ਕਿਲੋ ਭਾਰ ਦੀਆਂ ਗਲੋਟੀ ਤੇ ਰੋਡੇ ਦੀਆਂ ਟੀਮਾਂ ਖੇਡ ਗਰਾਊਂਡ ਦੇ ਵੱਲ ਨੂੰ ਆ ਜਾਣ। ਗਲੋਟੀ ਤੇ ਰੋਡੇ ਦੀ ਟੀਮ ਨੂੰ ਮੇਰੀ ਬੇਨਤੀ ਹੈ ਕਿ ਟੀਮ ਜਿਹੜੀ ਬਿਨਾਂ ਕਿਸੇ ਦੇਰੀ ਖੇਡ ਗਰਾਊਂਡ ਦੇ ਵੱਲ ਆ ਜਾਏ। ਹਾਂਜੀ ਪੱਪੂ ਜੀ, ਗਲੋਟੀ ਦੀ ਟੀਮ ਆ ਗਈ ਹੈ ਜੀ, ਰੋਡੇ ਦੀ ਟੀਮ ਨੂੰ ਸਾਡੀ ਬੇਨਤੀ ਹੈ ਕਿ ਟੀਮ ਜਿਹੜੀ ਬਿਨਾਂ ਕਿਸੇ ਦੇਰੀ ਖੇਡ ਗਰਾਊਂਡ ਦੇ ਵੱਲ ਆ ਜਾਏ। ਹਾਂ, ਗਲੋਟੀ ਦੀ ਟੀਮ ਪਹੁੰਚ ਚੁੱਕੀ ਹੈ। ਔਰ ਸਾਡੇ ਸੁਖਾ ਬਾਈ ਜੀ ਔਰ ਅਮਰੀਕ ਖੋਸਾ ਜੀ, ਉਹਨਾਂ ਨੂੰ ਬੇਨਤੀ ਹੈ ਕਿ ਅਗਲੇ ਮੈਚਾਂ ਵਾਸਤੇ ਆ ਮੈਚ ਤੇ ਪਹੁੰਚ ਜਾਣ ਜੀ। ਸਾਡੇ ਅਮਰੀਕ ਖੋਸਾ ਜੀ ਔਰ ਸੁਖਾ ਕੜਿਆਲ ਜੀ, ਉਹਨਾਂ ਨੂੰ ਬੇਨਤੀ ਹੈ ਕਿ ਅਗਲੇ ਮੈਚਾਂ ਦੇ ਵਾਸਤੇ ਠੀਕ ਹੈ ਜੀ। ਔਰ ਦੁਬਾਰਾ ਫਿਰ ਬੇਨਤੀ ਹੈ ਜੀ
ਕਲੱਬ ਦੇ ਵੱਲੋਂ ਕਿ ਜਿਹੜੇ ਰੈਫਰੀਆਂ ਨੂੰ ਕਲੱਬ ਦੇ ਵੱਲੋਂ ਸੱਦਾ ਪੱਤਰ ਜੀ ਉਹਨਾਂ ਦੇ ਮਾਨ ਸਨਮਾਨ ਕੀਤੇ ਜਾਣੇ ਸ਼ਾਮ ਨੂੰ ਔਰ ਦੁਬਾਰਾ ਫਿਰ ਬੇਨਤੀ ਹੈ ਜੀ ਆ ਟੀਮ ਨੂੰ ਜਿਹਨਾਂ ਦਾ ਹੁਣ ਮੈਚ ਹੈ 62 ਕਿਲੋ ਵਰਗ ਦੇ ਵਿੱਚ ਉਧਰ ਬਹੁਤ ਹੀ ਪਿਆਰ ਦੇ ਯੋਗ ਸ਼ਖਸੀਅਤ ਸਰਦਾਰ ਤਰਲੋਚਨ ਸਿੰਘ ਜੀ ਮਨਾਵਾ ਔਰ ਸਾਡੇ ਅਮਰੀਕ ਖੋਸਾ ਜੀ ਔਰ ਸੁੱਖਾ ਕੜਿਆਲ ਜੀ ਔਰ ਰਾਜਵੀਰ ਸਿੰਘ ਵਾਲਾ ਸਭ ਦੋਸਤਾਂ ਨੂੰ ਬੇਨਤੀ ਹੈ ਜੀ ਕਿ ਗਰਾਊਂਡਾਂ ਦੇ ਵੱਲ ਪਹੁੰਚਣ ਅਗਲੇ ਮੈਚਾਂ ਦੇ ਲਈ ਔਰ ਓਪਨ ਦਾ ਆ ਪਹਿਲਾ ਮੈਚ ਹੈ ਜੀ ਨਾਲ ਹੀ ਰੋਡੇ ਦੀ ਟੀਮ ਆ ਗਈ ਤਾਂ ਹੱਥ ਖੜਾ ਕਰਦੇ ਰੋਡੇ ਦੀ ਟੀਮ ਨੂੰ ਸਾਡੀ ਬੇਨਤੀ ਹੈ ਗਲੋਟੀ ਦੀ ਟੀਮ ਖੇਡ ਗਰਾਊਂਡ ਦੇ ਵਿੱਚ ਹੈ ਰੋਡੇ ਦੀ ਟੀਮ ਨੂੰ ਸਾਡੀ ਬੇਨਤੀ ਹੈ ਕਿ ਟੀਮ ਜਿਹੜੀ ਬਿਨਾਂ ਕਿਸੇ ਦੇਰੀ ਖੇਡ ਗਰਾਊਂਡ ਦੇ ਵੱਲ ਆ ਜੇ ਔਰ ਇੱਕ ਮਿੰਟ ਦਾ ਟਾਈਮ ਹੈ ਜੀ ਰੋਡਿਆਂ ਵਾਲਿਆਂ ਨੂੰ ਲੈ ਵੀ ਟੈਪੀ ਵਾਲਿਆ ਆ ਜਿਹੜਾ ਮਾਈਕ ਹੈ ਨਾ ਇਹ ਰਾਜ ਨੂੰ ਦੇ ਦੇ ਔਰ ਜੀਨਾ ਕਲੱਬ ਜਗਰਾਓ ਉਦੋਂ ਅੱਗੇ ਅਮਰੀਕ ਗੋਲੇ ਵਾਲਾ ਤੇ ਸੁੱਖਾ ਉਹ ਵੀ ਤਿਆਰ ਰਹਿਣਗੇ ਜਿਹੜੀ ਪਹਿਲੀ ਡੋਰ ਆ ਖੇਡ ਗਰਾਊਂਡ ਦੇ ਵਿੱਚ ਦਾਸ ਤੇ ਰਾਜਮੇਰ ਸਿੰਘ ਵਾਲਾ ਔਰ ਬੇਨਤੀ ਜੀ ਸਾਡੇ ਜਾਲ ਵਾਲੇ ਵੀਰਾਂ ਨੂੰ ਕੋਈ ਆ ਦੂਸਰੀ ਟਰਾਲੀ ਵੀ ਆ ਚਾਨਣੀ ਦੇ ਥੱਲੇ ਵਾਰ ਦਿਓ ਜੀ ਔਰ ਪਹਿਲੇ ਮੈਚ ਦੇ ਵਿੱਚ ਸਾਡੇ ਰਾਜਬਾਈ ਜੀ ਔਰ ਸਾਡੇ ਅਰਸ਼ ਉਮਰੀਵਾਨਾ ਕਮੇਟੀ ਕਹਿੰਦੇ ਕਿ ਉਸ ਤੋਂ ਬਾਅਦ ਸਾਡੇ ਸੁੱਖਾ ਜੀ ਔਰ ਸਾਡੇ ਅਮਰੀਕ ਖੋਸਾ ਜੀ ਹੈਲੋ 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 ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਕਬੱਡੀ ਕਲੱਬ ਬੜੇ ਮਾਣ ਵਾਲੀ ਗੱਲ ਹੈ ਅੱਜ ਇਸ ਸ਼ਹਿਰ ਦੀ ਪਾਵਣ ਤੇ ਪਵਿੱਤਰ ਧਰਤੀ ਤੇ ਪਹਿਲੀ ਵਾਰ ਪੁੱਜੇ ਹੈ ਔਰ ਸਾਰੇ ਵੀਰਾਂ ਦਾ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਜਿੰਨੇ ਵੀ ਵੀਰ ਇਸ ਕਲੱਬ ਦੇ ਨੁਮਾਇੰਦੇ ਨੇ ਸਾਡੇ ਪ੍ਰਧਾਨ ਸਾਹਿਬ ਜਿੰਨੇ ਵੀ ਯੰਗ ਵੀਰ ਇਸ ਕਬੱਡੀ ਕਲੱਬ ਦੇ ਬੇਖੂਬੀ ਡਿਊਟੀਆਂ ਨਿਭਾ ਰਹੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਾਂਗੇ ਦੋਨੇ ਟੀਮਾਂ ਜਿਹੜੀਆਂ ਵਜਨੀ ਕਬੱਡੀ ਦਾ ਮੈਚ ਹੋਣ ਜਾ ਰਿਹਾ ਹੈ ਇੱਕ ਪਾਸੇ ਰੋਡੇ ਤੇ ਦੂਜੇ ਪਾਸੇ ਗਲੋਟੀ ਉਸ ਤੋਂ ਬਾਅਦ ਜਿਹੜਾ ਜੀਨਾ ਕਲੱਬ ਜਗਰਾਓਂ ਤੇ ਗੋਲੇ ਵਾਲੇ ਦੀਆਂ ਟੀਮਾਂ ਕਬੱਡੀ ਓਪਨ ਦਾ ਪਹਿਲਾ ਮੈਚ ਖੇਡਣਗੀਆਂ ਸ਼੍ਰੀ ਹਰ ਰਾਏ ਕਲੱਬ ਡਗਰੂ ਤੇ ਕੰਡਿਆਲ ਮਟਵਾਣੀ ਤੇ ਕੋਕਰੀ ਕਲਾਂ ਗਗੜਾ ਏ ਤੇ ਨਿਧਾ ਵਾਲਾ ਕਲੀ ਵਾਲਾ ਤੇ ਕਰੀਆਂ ਕਲੀ ਵਾਲੇ ਇਧਰ ਆਈ ਕਲੀ ਵਾਲਾ ਇਹਨਾਂ ਟੀਮਾਂ ਨੂੰ ਬੇਨਤੀ ਆ ਵੀ ਇਹ ਵੀ ਟੀਮਾਂ ਕਬੱਡੀ ਓਪਨ ਦੀਆਂ ਤਿਆਰ ਰਹਿਣ ਇਹ ਧਰਤੀ ਗੁਰੂਆਂ ਪੀਰਾਂ ਦੀ ਪੰਜਾਬ ਮੇਰਾ ਪੈਦਾ ਹੁੰਦੇ ਨੇ ਸੂਰਮੇ ਸ਼ਹੀਦ ਜਿੱਥੇ ਸਰਬੰਸ ਸਵਾਰ ਕੇ ਰੱਬ ਨੂੰ ਆਖ ਦਿੰਦੇ ਤੇ ਸੌਂਗੇ ਕੰਡਿਆਂ ਉੱਤੇ ਮਰੀਜ਼ ਜਿੱਥੇ ਵੱਡੇ ਵੱਡੇ ਧਾਵੀਆਂ ਦੇ ਜਿੱਥੋਂ ਮੂੰਹ ਮੁੜ ਗਏ ਮਹਿਕ ਸੌਂ ਕੇ ਜਿੱਥੋਂ ਗੁਲਾਬ ਦੀ ਜੀ ਜਿੱਥੋਂ ਦੇ ਲੋਕ ਅਣਖ ਦੇ ਲਈ ਮਰ ਮਿਟ ਗਏ ਕਬੱਡੀ ਖੇਡ ਹੈ ਉਸ ਪੰਜਾਬ ਦੀ ਜੀ ਕਬੱਡੀ ਖੇਡ ਹੈ ਉਸ ਪੰਜਾਬ ਦੀ ਜੀ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਆਪਾਂ ਆਨੰਦ ਮਾਣਦੇ ਹਾਂ ਉੱਥੇ ਵੱਡਾ ਧੰਨਵਾਦ ਕਰਾਂਗੇ ਸਾਡੇ ਵੀਰ ਜੱਗੂ USA ਪਿੰਦਰ ਕੈਨੇਡਾ ਮੰਨਾ ਮਰੂੜ ਸਾਡੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਾਂਗੇ ਜਿਹਨਾਂ ਵੀਰਾਂ ਨੇ ਫਰੈਂਡਜ਼ ਕਬੱਡੀ ਕਲੱਬ ਦੇ ਉਹ ਦੁਨੀਆਂ ਦਾ ਸੁਪਰ ਸਟਾਰ ਧਾਵੀ ਸੋਨੂੰ ਸਾਡੇ ਵੀਰ ਨੂੰ ਅੱਜ ਬੁਲਟ ਮੋਟਰਸਾਈਕਲ ਦਾ ਮਾਣ ਸਨਮਾਨ ਦੇਣਾ ਹੈ ਤਹਿ ਦਿਲੋਂ ਧੰਨਵਾਦ ਕਰਾਂਗੇ ਉਹਨਾਂ ਵੀਰਾਂ ਦਾ ਜੱਗੂ USA ਪਿੰਦਰ ਕੈਨੇਡਾ ਮੰਨਾ ਮਰੂੜ ਜੀ ਤਹਿ ਦਿਲੋਂ ਧੰਨਵਾਦ ਇਹਨਾਂ ਵੀਰਾਂ ਦਾ ਜਿੱਥੇ ਅੱਜ ਵੱਡੇ ਮਾਣ ਸਨਮਾਨ ਬੁਲਟ ਮੋਟਰਸਾਈਕਲ ਦੇ ਸੋਨੂੰ ਦੇ ਲਈ ਹੋਣਗੇ ਉੱਥੇ ਵੱਡਾ ਧੰਨਵਾਦ ਕਰਾਂਗੇ ਅਸੀਂ ਇੱਧਰ ਅਰਸ਼ ਵੀਰ ਨੂੰ ਵੀ ਅੱਜ ਮੁੰਦਰੀ ਦਾ ਜਿਹੜਾ ਮਾਣ ਸਨਮਾਨ ਦਿੱਤਾ ਜਾਊਗਾ ਵੱਡਾ ਧੰਨਵਾਦ ਉਹਨਾਂ ਵੀਰਾਂ ਦਾ ਟੋਨੀ ਸ਼ਰਮਾ ਸਾਡਾ ਵੀਰ ਉਸ ਵੀਰ ਦਾ ਵੀ ਤਹਿ ਦਿਲੋਂ ਧੰਨਵਾਦ ਕਰਾਂਗੇ ਕਬੱਡੀ ਓਪਨ ਦੀਆਂ ਟੀਮਾਂ ਨੂੰ ਬੇਨਤੀ ਆ ਮੇਰੇ ਵੀਰ
पहले मैचां दीआं टीमां जल्द ग्राउंडां वल आउणगीआं। लै वी राज खेड मैदान विच जिहड़ी टीम आ ना गोलेवाल दी इह टीम आ गई आ। विरोधी टीम दीना क्लब दे नां ते एंट्र होई है। इह टीम जगराऊं शहर दी है। इह टीम वी जल्दी नाल खेड ग्राउंड दे विच आ जावे। दुनिया भर दे स्टार भावें गलदौदर दी भावें पिथों वाला सीरा भावें वकीलां वाल दी टीम भावें फ्रेंडी क्लब जीरा वड्डे माण प्लेयरां दे होणगे। अज कहिंदे इतिहास रचिया जाऊगा सुंदर नगर की धरती कली कली कबड्डी कहिंदे 365.com दी जिहड़ी दुनिया भर विच लाइव। लै वी बब्बी पहलवान कबड्डी बाहर दी विरोधी टीम आ जावे जल्दी नाल। गलोटी आई आ रोडे आए वे रोडे। मेरी बेनती रोडिया की टीम खेड मैदान विच जल्दी नाल आ जावे। कबड्डी बाहर दी टीम जल्दी नाल खेड मैदान विच आ जावे। उधर मोटा कहिंदे खेड ग्राउंड विच घड़ियाले वाला पुज्जिया होया उहदा वी धन्नवाद करदे आ। जग्गे वर्गे प्लेयर प्रगट वर्गे वड्डे मान टोनी जी साडे वीर आ। लै वी माइक ते राज लो वजनी कबड्डी जिहड़ा मैच हुण शुरू होण जा रहा है रोडे दे गलोटी दे दरमियान जिहड़ा मैच आपां शुरू करन जा रहे हैं। जिन्ना क्लब जगराऊं ते गोलेवाला कबड्डी ओपन दे पहले मैच दीआं टीमां जल्दी दे नाल खेड मैदान दे विच आउण। मेरे वीर टीमां प्रति बेनती आ मेरे वीर जल्द टीमां ग्राउंडां दे वल आ जाण। दूजा मैच जिहड़ा श्री हर राय क्लब डगरू ते कंडियाल दे दरमियान खेडिया जाऊगा। सो इन्हां टीमां नूं वी बेनती आ मेरे वीर ये भी टीम जल्द खेड मैदान के वल आउण। तीजा मैच मटमानी के कोकरी कलां। सो इन्हां टीमों भी बेनती है ये भी टीम तैयारी खिंच लैन। दस भी दाते वाले टीम दोनों आ गई खेड मैदान के मैच शुरू करिए। बीरी बंब दाते पिंड वाला भी ग्राउंड आवे। बीरी बंब दाते पिंड वाला भी ग्राउंड आ जाए। लै वी खेड मैदान विच रोडे ते टीम गलोटी दी इह मैच शुरू होण जा रहा है। दीना क्लब जगराऊं दी टीम भी तैयार रहेगी। अर्श दा आपां वड्डा धन्नवाद करदे हां। साडा वीर जी ने याल ते स्टेज दी सेवा बड़ी वधिया कीती है। मद्दो के पिंड आ इकबाल दा मुंडा अज उम्मीदवार इंसान खेड ग्राउंड विच वड्डा कहिंदे धन्नवाद आ प्रकाश प्रधान जी। लै वी माइक ते यार वाली हाँ जी स्कोर है जी 12:30 ओपन। ठीक है जी। हैलो 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 उधरले पासे धन्यवाद करते हैं। बार का तो हो टाइम है जी